ਜਾਂ ਦੇਖਾਂ ਤਾਂ ਭੁੱਖ ਰੂਪ ਦੇਖਣੇ ਕਰ ਚਾਹ ਨਹੀਂ ਉਤਰਦੀ ਜੋ ਦੇਖਦਾ ਹਾਂ ਤੋ ਭੁੱਖ ਅਰਥਾਤ ਚਾਹ ਹੀ ਰਹਿੰਦੀ ਹੈ। ਜਥਾ ਭਾਈ ਗੁਰਦਾਸ ਜੀ ਕਹਤੇ ਹੈ ਅੱਖੀ ਦੇਖ ਨ ਰੱਜੀਆਂ ਬਹੁ ਰੰਗ ਤਮਾਸੇ ਜੇ ਤੇਰਾ ਸਰੀਰ ਕੇ ਤੇ ਤੇ ਲਗਹੇ ਦੁੱਖ ਸਰੀਰ ਕੇ ਜਿਤਨੇ ਰਸ ਹੈ ਤਿਤਨੇ ਹੀ ਅੰਤ ਕੋ ਦੁੱਖ ਲਾਗਤੇ ਹੈ। ਮਹੱਲਾ ਪਹਿਲਾ ਅੰਧੇ ਕੰਮੇ ਅੰਧ ਮਨ ਮਨ ਅੰਧ ਤਨ ਅੰਧ ਅੰਧੇ ਕਾਮੋ ਸੇ ਮਨ ਅੰਧਾ ਹੋ ਜਾਂਦਾ ਹੈ। ਜਬ ਮਨ ਅੰਧਾ ਹੁਆ ਤੋ ਤਨ ਭੀ ਕਾਮਾਦ ਕੋ ਕਰ ਅੰਧ ਰੂਪ ਹੋ ਜਾਤਾ ਹੈ। ਚਿਕੜ ਲਾਇਆ ਕਿਆ ਥੀਐ ਜਾਂ ਟੁੱਟੈ ਪੱਥਰ ਬੰਧ ਜਬ ਕਾਮ ਅਦ ਕੋ ਕਰ ਜੋਗਾ ਭਿਆਸ ਸਾਧਨ ਰੂਪੀ ਪੱਥਰ ਕਾ ਬੰਧ ਟੁੱਟ ਗਿਆ ਤੋ ਸਮਾਨ ਸਾਧਨ ਬਰਤ ਆਦਿ ਰੂਪ ਗਾਰਾ ਲਗਾਉਣੇ ਸੇ ਕਿਆ ਹੋਤਾ ਹੈ। ਬੰਧ ਟੁੱਟਾ ਬੇੜੀ ਨਹੀਂ ਨਾ ਤੁਲਹਾ ਨਾ ਹਾਥ ਨਾਨਕ ਸੱਚੇ ਨਾਮ ਬਿਨ ਕੇਤੇ ਡੁੱਬੇ ਸਾਥ। ਸਾਧਨ ਰੂਪੀ ਬੰਧ ਬੰਧ ਦਾ ਭਾਵ ਬੰਨ ਟੁੱਟ ਗਿਆ ਕਿਉਂਕਿ ਭਗਤੀ ਰੂਪੀ ਬੇੜੀ ਨਹੀਂ ਔਰ ਪ੍ਰੇਮ ਵਾ ਨਾਮ ਰੂਪੀ ਤੁਲਹਾ ਨਹੀਂ ਔਰ ਨਾ ਹੀ ਗਿਆਨ ਰੂਪੀ ਹਾਥ ਹੈ। ਸ੍ਰੀ ਗੁਰੂ ਜੀ ਕਹਤੇ ਹੈ ਸੱਚੇ ਨਾਮ ਸੇ ਬਿਨਾ ਇਨ ਬੇਕਾਰੋ ਰੂਪ ਨਦੀ ਮੈਂ ਕਿਤਨੇ ਹੀ ਸਾਥ ਡੂਬ ਗਏ ਹੈ। ਮਹੱਲਾ ਪਹਿਲਾ ਲਖਮਣ ਸੋਇਨਾ ਲਖਮਣ ਰੂਪਾ ਲਖ ਸਾਹਾ ਸਿਰ ਸਾਹਾ ਪੁਰਸ਼ੋਂ ਕੇ ਪਾਸ ਲਖੋ ਮਣ ਸੋਨਾ ਹੈ ਔਰ ਲਖੋ ਮਣ ਚਾਂਦੀ ਹੈ ਔਰ ਲਖੋ ਸਾਹੋ ਕੇ ਸਿਰ ਸਾਹੋ ਹੈ ਭਾਵ ਸਿਰੋਮਣੀ ਹੈ।
ਲਖ ਲਸਕਰ ਲਖ ਬਾਜੇ ਨੇਜੇ ਲਖੀ ਘੋੜੀ ਪਾਤਸ਼ਾਹ। ਲੱਖੋਂ ਲਸ਼ਕਰ ਤਿੰਨ ਮੈਂ ਲੱਖੋਂ ਨੇਜੇ ਬੁਰਦਾਰ ਹੈ ਅਰ ਬਾਜੇ ਬਜਾਵਣੇ ਵਾਲੇ ਹੈ ਔਰ ਲੱਖੋਂ ਘੋੜਿਓ ਕਰ ਬਾਦਸ਼ਾਹ ਹੈ। ਜਿੱਥੇ ਸਾਇਰ ਲੰਘਣਾ ਅਗਨ ਪਾਣੀ ਅਸਗਾਹ ਕੰਦੇ ਦਿਸ ਨ ਆਵੈ ਤਾਈ ਪਵੈ ਕਹਾਹ। ਜਹਾਂ ਜਮ ਮਾਰਗ ਮੈਂ ਸਾਇਰ ਸਾਇਰ ਦਾ ਭਾਵ ਸਮੁੰਦਰ ਅਰਥਾਤ ਵੈਤਰਨੀ ਨਦੀ ਕੋ ਲੰਘਣਾ ਹੈ ਤਹਾਂ ਦਸ ਹਜ਼ਾਰ ਜੋਜਨ ਕੇ ਵਿਸਥਾਰ ਸਹਿਤ ਅਗਨੀ ਕਾ ਕੁੰਡ ਹੈ ਤਿਸ ਮੈਂ ਅਗਨੀ ਵੈਤਰਨੀ ਨਦੀ ਮੈਂ ਅਰਪੂ ਰਕਤ ਰੂਪ ਪਾਣੀ ਅਸਗਾਹਾ ਅਸਗਾਹਾ ਦਾ ਭਾਵ ਅਥਾਹੂ ਪੂ ਰਕਤ ਰੂਪ ਪਾਣੀ ਅਥਾਹੋ ਹੈ ਤਿਸ ਦਾ ਉਰਾਰ ਸੇ ਪਾਰ ਨਜ਼ਰ ਨਹੀਂ ਆਵਦਾ ਔਰ ਵਹਾਂ ਤਾਹੀ ਪਵੈ ਕਹਾਹਾ। ਤਾਹੀ ਦਾ ਭਾਵ ਬਿਰਲਾਪ ਕਾ ਕੁਰਲਾਟ ਪੜਦਾ ਹੈ। ਨਾਨਕ ਉਥੈ ਜਾਣੀਐ ਹੈ ਸਾਹ ਕੇ ਪਾਤਸ਼ਾਹ। ਸ੍ਰੀ ਗੁਰੂ ਜੀ ਕਹਤੇ ਹੈ ਕੋਈ ਸ਼ਾਹ ਔਰ ਕੋਈ ਪਾਤਸ਼ਾਹ ਵੋ ਜੋ ਵੀ ਹੋ ਵਹਾਂ ਪਰਲੋਕ ਮੈਂ ਗਏ ਹੋਏ ਜਾਣੀ ਦੇ ਹੈ ਭਾਵ ਪਰਲੋਕ ਵਿੱਚ ਕੋਈ ਸ਼ਾਹ ਹੋਵੇ ਭਾਵੇਂ ਪਾਤਸ਼ਾਹ ਹੋਵੇ ਕਿਸੇ ਕਾ ਜੋਰ ਕਾਮ ਨਹੀਂ ਆਵੇਗਾ। ਕਰਮਾਂ ਅਨੁਸਾਰ ਇਤਰ ਜੀਵੋਂ ਭਾਵ ਸਾਰਿਓ ਜੀਵੋਂ ਕੋ ਸਮ ਭਾਵ ਸਮਾਨ ਸੁਖ ਤਥਾ ਦੁੱਖ ਭੋਗੇਂਗੇ। ਪੌੜੀ ਇੱਕ ਨਾ ਗਲੀ ਜੰਜੀਰ ਬਾਂਦਰ ਬਾਣੀਐ ਬੱਧੇ ਛੁੱਟਹੇ ਸੱਚ ਸੱਚ ਪਛਾਣੀਐ। ਇੱਕ ਨਾ ਕੇ ਗਲੋ ਮੈਂ ਜੰਜੀਰ ਪੜੇ ਹੋਏ ਜਮ ਕੇ ਪਕੜੇ ਹੋਏ ਰੱਬ ਕੀ ਕੈਦ ਮੈਂ ਜਾਤੇ ਹੈ। ਵਾਹ ਜਿਨ ਕੀ ਬਾਂਦਰੋਂ ਜੈਸੀ ਬਾਣ ਹੈ ਭਾਵ ਬਿਕਾਰੋਂ ਸਹਿਤ ਹੈ ਅਰ ਮਨ ਜਿਨ ਕਾ ਚੰਚਲ ਹੈ। ਤਿੰਨ ਇੱਕ ਪੁਰਸ਼ੋਂ ਕੇ ਗਲ ਮੈਂ ਜੰਜੀਰ ਪੜਦੇ ਹੈ
ਸੱਚ ਸੱਚ ਦਾ ਭਾਵ ਨਿਸ਼ਚੈ ਕਰ। ਬੰਧੇ ਹੋਏ ਜੀਵ ਤੋਂ ਛੂਟਦੇ ਹੈ ਜਬ ਸੱਚ ਕੋ ਪਛਾਣ ਲੇਵੋ। ਲਿਖਿਆ ਪੱਲੇ ਪਾਏ ਸੋ ਸੱਚ ਜਾਣੀਐ, ਹੁਕਮੀ ਹੋਏ ਨਬੇੜ ਗਿਆ ਜਾਣੀਐ। ਪੂਰਬ ਜਨਮ ਕਾ ਪੁਨ ਕਰਮ ਲਿਖਾ ਹੁਆ, ਪੁਰਸ਼ ਕੇ ਪੱਲੇ ਪੜ ਜਾਵੇ ਤੋ ਸੋ ਸੱਚਾ ਪਰਮੇਸ਼ਰ ਜਾਣੀਦਾ ਹੈ। ਹੁਕਮੀ ਪਰਮੇਸ਼ਰ ਕੇ ਹੁਕਮ ਮੈਂ ਨਿਆਉ ਹੋਤਾ ਹੈ, ਜਬ ਜੀਉ ਪਰਲੋਕ ਮੈਂ ਗਿਆ ਤਬ ਪੁੰਨੀ ਵਾ ਪਾਪੀ ਜਾਣਾ ਜਾਤਾ ਹੈ। ਪਉ ਜਲ ਤਾਰਨ ਹਾਰ ਸ਼ਬਦ ਪਛਾਣੀਐ, ਚੋਰ ਜਾਰ ਜੂਆਰ ਪੀੜੇ ਕਾਣੀਐ। ਸੰਸਾਰ ਸਮੁੰਦਰ ਸੇ ਤਾਰਨੇ ਹਾਰਾ, ਗੁਰੂ ਕਾ ਸ਼ਬਦ ਪਛਾਣੀਦਾ ਹੈ। ਚੋਰ ਜਾਰ ਅਰ ਜੁਆਰੀ ਕਹਾਣੀਓ ਮੈਂ ਪੀੜੀ ਜਾਤੇ ਹੈ, ਭਾਵ ਕਹਾਣੀਆਂ ਚ ਪੀੜੇ ਜਾਂਦੇ ਹਨ, ਭਾਵ ਅਤਿ ਕਸ਼ਟ ਪਾਵਤੇ ਹੈ। ਨਿੰਦਕ ਲਾਏ ਤਬਾਰ ਮਿਲੇ ਹੜ ਬਾਣੀਐ, ਗੁਰਮਖ ਸੱਚ ਸਮਾਈ ਸੋ ਦਰਗਹ ਜਾਣੀਐ। ਜੋ ਨਿੰਦਕ ਔਰ ਲਾਏ ਤਬਾਰ, ਲਾਏ ਤਬਾਰ ਦਾ ਭਾਵ ਚੁਗਲ ਹੈ। ਜੋ ਨਿੰਦਕ ਔਰ ਚੁਗਲ ਹੈ ਸੋ ਹੜੀਓ ਅਰਥਾਤ ਕਾਠੋਂ ਮੈਂ ਮੇਲੇ ਜਾਤੇ ਹੈ, ਔਰ ਜੋ ਗੁਰਮੁਖ ਸੱਚ ਮੈਂ ਸਮਾਏ ਹੈ ਸੋ ਦਰਗਾਹ ਮੈਂ ਸੱਚੇ ਵਾ ਸੁਖੀ ਜਾਣੀ ਤੇ ਹੈ, ਭਾਵ ਦਰਗਾਹ ਵਿੱਚ ਗੁਰਮੁਖ ਸੁਖ ਪਾਵਦੇ ਨੇ। ਔਰ ਅੱਗੇ ਕਲ ਯੁੱਗ ਕਾ ਪ੍ਰਕਾਰ ਦਿਖਾਵਤੇ ਹੈ। ਸਲੋਕ ਮਹੱਲਾ ਦੂਜਾ ਨਾਉ ਫਕੀਰ ਪਾਤ ਸਾਹੋ, ਮੂਰਖ ਪੰਡਤ ਨਾਉ ਅੰਧੇ ਕਾ ਨਾਉ ਪਾਰਖੂ, ਏਵੈ ਕਰੇ ਗੁਆਉ। ਗੁਰੂ ਸਾਹਿਬ ਜੀ, ਕਲਯੁਗ ਕਾ ਪ੍ਰਕਾਰ ਦਿਖਾਵਤੇ ਹੋਏ ਫਰਮਾਉਂਦੇ ਨੇ, ਨਾਉ ਫਕੀਰ ਪਾਤ ਸਾਹੋ, ਮੂਰਖ ਪੰਡਤ ਨਾਉ ਅੰਧੇ ਕਾ ਨਾਉ ਪਾਰਖੂ, ਏਵੈ ਕਰੇ ਗੁਆਉ।
ਭਾਵ ਫਕੀਰ ਕਾ ਨਾਮ ਪਾਤਸ਼ਾਹੋ ਹੈ। ਭਾਵ ਨੀਤੀ ਵਾ ਧਰਮ ਧਨ ਤੇ ਰਹਿਤ ਕਲਯੁਗ ਕੇ ਰਾਜੇ ਹੈ। ਜੋ ਮੂਰਖ ਹੈ ਤਿਨ ਕਾ ਨਾਮ ਪੰਡਿਤ ਹੈ। ਭਾਵ ਸ਼ਸਤਰ ਵੇਤਾ ਸਤ ਅਸਤ ਕੇ ਵਿਵੇਕ ਤੇ ਰਹਿਤ ਹੈ। ਨਾਮ ਮਾਤਰ ਪੰਡਿਤ ਹੈ ਜੋ ਅੰਧੇ ਅੰਧੇ ਦਾ ਭਾਵ ਸਰੂਪ ਸੇ ਅਗਿਆਤ ਹੈ। ਭਾਵ ਸੇ ਧਰਮ ਅਧਰਮ ਕੋ ਨਹੀਂ ਜਾਣਤੇ ਤਿਨ ਕਾ ਨਾਮ ਪਰਖੁ ਅਰਥਾਤ ਵਿਵਹਾਰ ਕੇ ਪਰਖਣੇ ਵਾਲਾ ਹੈ। ਇਹ ਵੈ ਕਦੇ ਗੁਆਉ ਭਾਵ ਇਸੀ ਪ੍ਰਕਾਰ ਕਹਿਣਾ ਕਰਤੇ ਹੈ ਇਲਤ ਕਨਾਉ ਚੌਧਰੀ ਕੂੜੇ ਪੂਰੇ ਥਾਉ ਨਾਨਕ ਗੁਰਮਖ ਜਾਣੀਆ ਕਲ ਕਾ ਇਹੋ ਨਿਆਉ। ਜੋ ਬਹੁਤ ਇਲਤ ਕਰੇ ਤਿਸਕਾ ਨਾਮ ਚੌਧਰੀ ਕਹਿਤੇ ਹੈ। ਜੋ ਕੁੜੀ ਕੁੜੀ ਦਾ ਭਾਵ ਝੂਠੀ ਇਸਤਰੀ ਹੈ ਸੋ ਥਾਉ ਪੂਰਤੀ ਹੈ। ਭਾਵ ਮਰਨੇ ਪਰਨੇ ਮੈਂ ਪ੍ਰਧਾਨ ਹੋ ਕਰ ਲੈਣੇ ਦੇਣੇ ਮੈਂ ਮੂਹਰੇ ਬੈਠਤੀ ਹੈ। ਸ੍ਰੀ ਗੁਰੂ ਜੀ ਕਹਿਤੇ ਹੈ ਗੁਰੂ ਦੁਆਰੇ ਜਾਣੀਦਾ ਹੈ ਕਿ ਕਲਯੁਗ ਕਾ ਇਹੋ ਜਿਹਾ ਨਿਆਉ ਹੈ। ਜੋ ਪੂਰਬ ਕਹਾ ਹੈ ਜੇ ਕਹੇ ਪੜ੍ਹਨੇ ਕਰਕੇ ਕਲੀ ਕਾ ਵਿਕਾਰ ਨਹੀਂ ਉਪਜਦਾ ਹੋਵੇਗਾ ਸੋ ਕਹਿਤੇ ਹੈ ਮਹੱਲਾ ਪਹਿਲਾ ਹਰ ਨਾ ਬਾਜਾ ਤੈ ਸਿਕਦਾਰਾ ਇਹ ਨਾ ਪੜਿਆ ਨਾਉ ਫਾਂਦੀ ਲੱਗੀ ਜਾਤ ਫਹਾਇਨ ਅੱਗੇ ਨਾਹੀਂ ਥਾਉ। ਹਰਨਾ ਹਰਨਾ ਦਾ ਭਾਵ ਮ੍ਰਿਗ ਔਰ ਬਾਜਾਂ ਕਾ ਨਾਮ ਭੀ ਤੋਂ ਪੜੇ ਹੋਏ ਕਹੀਦਾ ਹੈ। ਭਾਵ ਮ੍ਰਿਗ ਔਰ ਬਾਜ ਸ਼ਿਕਾਰੀ ਸਿਖਾਏ ਹੋਏ ਹੋਤੇ ਹੈ। ਤੈ ਸਿਕਦਾਰਾਂ ਤੈ ਦਾ ਭਾਵ ਬਹੁੜੋ ਸਿਕਦਾਰਾਂ ਦਾ ਭਾਵ ਸਿਰਦਾਰ ਭਾਵ ਠਾਣੇਦਾਰ ਜੋ ਹੈ ਇਨਕਾ ਨਾਮ ਵੀ ਪੜਾ ਹੁਆ ਕਹਿਤੇ ਹੈ। ਜਬ ਫਾਂਦੀ ਫਾਂਦੀ ਦਾ ਭਾਵ ਫਾਹੀ ਲੱਗੀ ਜਬ ਫਾਹੀ ਲੱਗੀ ਤਬ ਮ੍ਰਿਗ ਔਰ ਬਾਜ ਔਰ ਸਰਦਾਰ ਲੋਕ ਆਪਣੀ ਜਾਤੀ ਕੇ ਜੀਵੋਂ ਕੋ ਫਹਾਵਤੇ ਹੈ। ਐਸੇ ਖੋਟੇ ਜੀਵੋਂ ਕੋ ਪਰਲੋਕ ਮੈਂ ਥਾਉ ਨਹੀਂ ਮਿਲਦਾ।
सो पढ़या सो पंडत बीना जिन्हें कमाना नाओ पहलो दे जड़ अंदर जम्मे ता उपर होवे छाओ सो पढ़ा हुआ अर सोई पंडित बीना बीना दा भाव चतर है सोई पंडित चतर है जिन्होंने परमेश्वर के नाम की जाप रूप कमाई करी है पहलों दे भाव प्रथमी पृथ्वी के अंदर जड़ जम जाती है तब ऊपर वृक्ष की छांव हुंदी है तथा ही जो पहले अंतर्मुख वृत्ति होवे तो सुख रूप छाया होवे राजेशी ही मुकदम कुत्ते जाए जगायन बैठे सुते कल जो के राजे तो शीह सिंह दा भाव शेर है कल युग के राजे तो शेर है और जो मुकदम कुत्ते भाव मुकदम दा नंबरदार है सो कुत्ते वत बैठे सुते राजा को जाए जगावते हैं और गनाही पर स्वरूप शिकार दिखाए देते हैं चाकर नहदा पायन काओ रत पत कुत्ते हो चट जाओ राजे शेर चाकर रूपी नहुंदरा कर काओ पावते हैं पाव तिन का मास रूप तन खेंच लेते हैं रत पित अर्थात बाकी रहा हुआ लेस मात्र तन कुत्ते मुकदम भाव चौधरी चट जाते हैं जिथे जिया हो सी सार नकी बड़ी लाए तबार जिस पर लोक अस्थान में जीवो की सार सार दा भाव संभाल होवेगी तहां इंसाफ होता है और जो लायतबार लायतबार दा भाव जो चुगल है सो नक्की वड्डी फिरेंगे भाव अपजस लैणगे पौड़ी आप पाए मेदनी आपे कर दासार पै बिन भर मन कटिए नाम न लगे प्यार वाहे गुरु
ਆਪ ਹੀ ਸ੍ਰਿਸ਼ਟੀ ਕੋ ਉਤਪਤ ਕਰਦਾ ਹੈ ਔਰ ਆਪੇ ਹੀ ਸਭ ਕੀ ਸੰਭਾਲ ਕਰਦਾ ਹੈ। ਪਰਮੇਸ਼ਰ ਕੇ ਭੈ ਬਿਨਾ ਪਰਮ ਨਿਬਿਰਤ ਨਹੀਂ ਹੋਤਾ ਔਰ ਨਾਮ ਮੈਂ ਪਿਆਰ ਨਹੀਂ ਲਾਗਤਾ ਹੈ। ਸਤਿਗੁਰ ਤੇ ਪਉ ਉਪਜੈ ਪਾਇਐ ਮੁਖ ਦੁਆਰ ਪੈ ਤੇ ਸਹਿਜ ਪਾਇਐ ਮਿਲ ਜੋਤੀ ਜੋਤ ਅਪਾਰ। ਵੋਹ ਪੈ ਸਤਿਗੁਰੋਂ ਸੇ ਉਪਜਦਾ ਹੈ ਔਰ ਮੋਖ ਕਾ ਦੁਆਰਾ ਵੀ ਸਤਿਗੁਰੋਂ ਸੇ ਪਾਈਦਾ ਹੈ। ਪੈ ਧਾਰਨੇ ਸੇ ਸਹਿਜ ਸਹਿਜ ਦਾ ਭਾਵ ਗਿਆਨ ਪਾਈਦਾ ਹੈ ਔਰ ਤਿਸਕਰ ਅਪਾਰ ਅਪਾਰ ਦਾ ਭਾਵ ਬੇਅੰਤ। ਜੋਤੀ ਜੋਤ ਜੋਤੀ ਦਾ ਭਾਵ ਪਰਮਾਤਮਾ ਮੇ ਜੋਤ ਮਿਲ ਜਾਤੀ ਹੈ। ਪੈ ਤੇ ਪੈ ਜਲ ਲੰਘੀਐ ਗੁਰਮਤੀ ਵਿਚਾਰ ਪੈ ਤੇ ਨਿਰਪਉ ਪਾਈਐ ਦਿਸਦਾ ਅੰਤ ਨ ਪਾਰਾਵਾਰ। ਪੈ ਧਾਰਨੇ ਤੇ ਗੁਰਮਤ ਲੈ ਕਰ ਵਿਚਾਰ ਕਰੀਏ ਤੋ ਸੰਸਾਰ ਸਮੁੰਦਰ ਸੇ ਪਾਰ ਲੰਘੀਦਾ ਹੈ। ਔ ਭਉ ਧਾਰਨੇ ਸੇ ਨਿਰਭਉ ਕੋ ਪਾਈਦਾ ਹੈ ਜਿਸਕੇ ਆਰ ਪਾਰ ਕਾ ਕੁਛ ਅੰਤ ਨਹੀਂ ਆਵਦਾ। ਮਨ ਮੁਖ ਭੈ ਕੀ ਸਾਰਨ ਜਾਨਨੀ ਤ੍ਰਿਸਨਾ ਜਲ ਤੇ ਕਰਹਿ ਪੁਕਾਰ। ਨਾਨਕ ਨਾ ਵਹੀ ਤੇ ਸੁਖ ਪਾਇਆ ਗੁਰਮਤੀ ਉਰ ਧਾਰ। ਮਨ ਮੁਖ ਪੁਰਸ਼ ਭੈ ਕੀ ਸਾਰ ਕੋ ਨਹੀਂ ਜਾਣਦੇ ਹੈ ਤ੍ਰਿਸ਼ਨਾ ਕਰਕੇ ਜਲ ਤੇ ਹੋਏ ਪ੍ਰਕਾਰ ਭਾਵ ਪੁਕਾਰ ਕਰਤੇ ਹੈ। ਸ੍ਰੀ ਗੁਰੂ ਜੀ ਕਹਿਤੇ ਹੈ ਗੁਰ ਸਿੱਖਿਆ ਹਿਰਦੇ ਮੈਂ ਧਾਰ ਕਰ ਜਿਸ ਕਿਸੀ ਨੇ ਨਾਮ ਹੀ ਜਪਣੇ ਕਰ ਸੁਖ ਕੋ ਪਾਇਆ ਹੈ। ਸ਼ੇਖ ਬ੍ਰਹਮ ਬਹੁਤ ਪ੍ਰਸ਼ਨ ਕਰਤਾ ਰਹਾ ਇਸ ਪ੍ਰਕਾਰ ਗੁਰੂ ਜੀ ਉੱਤਰ ਦਿੱਤੇ ਰਹੇ ਔਰ ਏਕ ਰੋਜ ਗੁਰੂ ਜੀ ਸੇ ਕਹਾ ਕਿ ਬਾਰ ਬਾਰ ਪੂਛਨੇ ਕਰ ਆਪ ਮੇਰੇ ਪਰ ਕਛ ਨਾਰਾਜ ਤੋ ਨਹੀਂ ਹੋਤੇ। ਤਿਸ ਪਰ ਸ੍ਰੀ ਗੁਰੂ ਜੀ ਨੇ ਕਹਾ ਹਮ ਹਰੀ ਜਸ ਕਹਿਤੇ ਹੋਏ
अधिक आनंद होते हैं। सो दृष्टांतों कर कहते हैं। सलोक महला पहलम रूप काम दोस्ती पुख साद गंड। जैसे कामी पुरुष रूप के साथ दोस्ती दा भाव प्रीति करके प्रसन्न होता है और खुदयावंत का स्वाद वाली वस्तु मिलने कर गंड भाव पड़ता है, अर्थात एक रूप हो जाता है। लबे माले कोल मिल में चल ऊंगे सौड़ पलंग। लब वाला पुरुष जैसे माल दा भाव धन के साथ कुल मिल दा भाव अपेद हुंदा है, पुनः निंदरा वाला सौड़ पलंग सौड़ दा भाव अर्थात छोटे पलंग से मिचल भाव मिल जाता है। पौं कै कोप खबार होए फकड़ पिटे अंदर चुपे चंगा नानका बिन नामे मोहे गंद। और जो साकत क्रोध कर भौंकते हैं सो अंधे फकड़ दा भाव खराबियां वा व्यर्थी पिटते हैं। ऐसे पुरुष नाम से बिना मुख से दुर्गंध रूप वचन बोलते हैं, अर्थात विषय संबंधी चर्चा करते हैं। श्री गुरु जी कहते हैं तिनके साथ वचन बोलने से चुप करना ही चंगा है। महला पहला राजमाल रूप जात जो बन पंजे ठग एनी ठगी जग ठगया किन्ने न रखी लज। राजतन रूप जाति अर जवानी एह पांचों ही ठग है। इन ठगों ने संसार को ठग लिया है। किसी ने इनको पाए कर अपनी शर्म नहीं रख ली, भाव तिन कर पुरुष को मद हो जाता है। भाव इनों ने किसी की लज नहीं रखी।
ਇਨਾ ਠੱਗਣ ਠੱਗ ਸੇ ਜੇ ਗੁਰ ਕੀ ਪੈਰੀ ਪਾਹੇ। ਨਾਨਕ ਕਰਮਾ ਬਾਹਰੇ ਹੋਰ ਕੇਤੇ ਮੁੱਠੀ ਜਾਹੇ। ਰਾਜ ਧਨ ਰੂਪ ਜਾਤੀ ਅਰਜਵਾਨੀ ਇਨ ਠੱਗੋਂ ਕੋ ਸੋ ਪੁਰਸ਼ ਠੱਗਤੇ ਹੈ, ਭਾਵ ਇਨਕੋ ਪਾਏ ਕਰ ਮਦ ਨਹੀਂ ਕਰਤੇ, ਜੋ ਗੁਰੂ ਕੀ ਚਰਨੀ ਪੜਦੇ ਹੈਂ। ਸ੍ਰੀ ਗੁਰੂ ਜੀ ਕਹਤੇ ਹੈਂ, ਔਰ ਕਰਮਹੀਨ ਸੋ ਅਨੇਕ ਹੀ ਲੂਟੇ ਹੋਏ ਚਲੇ ਜਾਤੇ ਹੈਂ। ਪੌੜੀ ਪੜਿਆ ਲਿਖੇਦਾਰ ਲੇਖਾ ਮੰਗੀਐ, ਵਹਿਣ ਨਾਵੈ ਕੂੜਿਆਰ ਔਖਾ ਤੰਗੀਐ। ਪੜਿਆ ਹੁਆ ਜਦ ਵੀ ਲੇਖੇਦਾਰ ਵੀ ਹੈ, ਤਿਸ ਪਾਸੋਂ ਵੀ ਲੇਖਾ ਮੰਗਾ ਜਾਵੇਗਾ। ਜੋ ਪੁਰਸ਼ ਹਰੀ ਨਾਮ ਸੇ ਰਹਿਤ ਔਰ ਝੂਠਾ ਹੈ, ਤਿਸ ਕੋ ਤੰਗ ਸੀ ਦਿਖਾਏ ਕਰ ਔਖਾ ਕਰੀਦਾ ਹੈ। ਔਕਟ ਰੁੱਦੇ ਰਹਾ ਗਲੀਆਂ ਰੋਕੀਆਂ, ਸੱਚਾ ਬੇਪਰਵਾਹ ਸ਼ਬਦ ਸੰਤੋਖੀਆ। ਵੋਹ ਮਨਮੁਖ ਔ ਘੱਟ ਰੁੱਧੇ, ਔ ਘੱਟ ਦਾ ਭਾਵ ਔਖੇ ਜਮ ਮਾਰਗ ਮੈਂ, ਰੁੱਧੇ ਦਾ ਭਾਵ ਰੋਕੇ ਜਾਤੇ ਹੈ। ਵੋਹ ਮਨਮੁਖ ਔਖੇ ਜਮ ਮਾਰਗ ਮੈਂ, ਵਹਿ ਤਰਨੀ ਆਦ ਨਦੀਓ ਪਰ ਰੋਕੇ ਜਾਂਦੇ ਹੈ, ਗਲੀਆਂ ਰੋਕੀਆਂ ਜਾਂਦੀਆਂ ਹੈ। ਭਾਵ ਪਾਪੀ ਜੀਵ ਕੋ ਦੁੱਖੋਂ ਸੇ ਬਚਨੇ ਕਾ ਰਸਤਾ ਨਹੀਂ ਮਿਲਦਾ ਹੈ। ਗੁਰ ਸ਼ਬਦ ਕਰ ਸੰਤੁਸ਼ਟ ਹੋਏ ਗੁਰਮੁਖੋਂ ਕੋ, ਸੱਚਾ ਵੇਪਰਵਾਹੋ ਤਿੰਨ ਦੁੱਖੋਂ ਸੇ ਬਚਾਏ ਲੇਤਾ ਹੈ। ਗਹਿਰ ਗੰਭੀਰ ਅਥਾਹ ਹਾਥ ਨਾ ਲੱਭਈ, ਮੋਹੇ ਮੋਹੇ ਚੋਟਾ ਖਾਹੋ ਵਿਣ ਗੁਰ ਕੋਈ ਨਾ ਛੁੱਟ ਸੀ। ਵਾਹਿਗੁਰੂ ਗਹਿਰ ਗੰਭੀਰ, ਗਹਿਰ ਦਾ ਭਾਵ ਡੂੰਘਾ ਔਰ ਗੰਭੀਰ ਦਾ ਭਾਵ ਨਿਰਹਲ ਹੈ। ਵਾਹਿਗੁਰੂ ਡੂੰਘਾ ਅਰ ਨਿਰਹਲ ਹੈ, ਤਿਸਕਾ ਅੰਤ ਨਹੀਂ ਲੱਭਦਾ। ਜੀਵ ਮੋਹੇ ਮੋਹੇ ਭਾਵ ਮੁਖ ਪਰ ਜਮ ਆਦਕੋਂ ਕੀ ਚੋਟਾ ਖਾਂਦਾ ਹੈ। ਗੁਰੂ ਕੀ ਕਿਰਪਾ ਸੇ ਬਿਨਾ ਕੋਈ ਵੀ ਤਿਸ ਦੁੱਖ ਸੇ ਛੁੱਟੇਗਾ ਨਹੀਂ।
ਪਤ ਸੇਤੀ ਕਰ ਜਾਹੋ ਨਾਮ ਬਖਾਣੀਐ ਹੁਕਮੀ ਸਾਹ ਗਿਰਹ ਦੇਂਦਾ ਜਾਣੀਐ। ਗੁਰੂ ਸਾਹਿਬ ਜੀ ਫਰਮਾਉਂਦੇ ਨੇ ਜੋ ਨਾਮ ਕੇ ਵਖਾਣੀਐ, ਵਖਾਣੀਐ ਦਾ ਭਾਵ ਜਪਣੇ ਵਾਲੇ, ਜੋ ਪੁਰਸ਼ ਨਾਮ ਕੇ ਜਪਣੇ ਵਾਲੇ ਹੈ ਸੋ ਪਤ ਸਹਿਤ ਪਰਲੋਕ ਘਰ ਮੈਂ ਜਾਤੇ ਹੈ, ਭਾਵ ਜੇ ਸਮੇਂ ਇਸ ਲੋਕ ਨੂੰ ਛੱਡ ਕੇ ਪਰਲੋਕ ਵਿੱਚ ਜਾਂਦੇ ਹੈ, ਵਾਹਿਗੁਰੂ ਆਪਣੇ ਹੁਕਮ ਅੰਦਰ ਸਾਸ ਗਰਾਸ ਦੇਤਾ ਜਾਣੀਦਾ ਹੈ, ਭਾਵ ਸਭ ਕੁਛ ਪਰਮੇਸ਼ਰ ਕੇ ਹੁਕਮ ਅੰਦਰ ਹੈ। ਸਲੋਕ ਮਹੱਲਾ ਪਹਿਲਾ ਪੌਣੇ ਪਾਣੀ ਅਗਣੀ ਜੀਓ, ਤਿੰਨ ਕਿਆ ਖੁਸ਼ੀਆਂ ਕਿਆ ਪੀੜ। ਪਵਣ ਪਾਣੀ ਅਗਨੀ ਆਦਿ ਪੰਜ ਤੱਤੋਂ ਕੋ ਰਚ ਕਰ ਪੁਨਹ ਜੀਵ ਕਲਾ ਪਾਈ ਹੈ, ਤਿੰਨ ਕੋ ਆਪਣੇ ਆਪ ਨਾ ਖੁਸ਼ੀਆਂ ਮਿਲਦੀਆਂ ਨਾ ਪੀੜਾ, ਭਾਵ ਪਰਾਧੀਨ ਹੈ। ਧਰਤੀ ਪਾਤਾਲੀ ਆਕਾਸੀ ਇੱਕ ਦਰ ਰਹਿਣ ਵਜੀਰ, ਇੱਕ ਨਾ ਵੱਡੀ ਆਰ ਜਾ ਇੱਕ ਮਰ ਹੋਹੇ ਜਹੀਰ। ਇੱਕ ਤਿੰਨੋਂ ਲੋਕੋ ਮੈਂ ਪਾਤਸ਼ਾਹੋ ਹੈ, ਇੱਕ ਤਿੰਨ ਕੇ ਦਰਵਾਜ਼ੋ ਪਰ ਵਜ਼ੀਰ ਹੋ ਕਰ ਰਹਿੰਦੇ ਹੈ, ਇੱਕ ਨਾ ਕੀ ਵੱਡੀ ਆਯੂ ਹੈ ਔਰ ਇੱਕ ਨਾ ਕੀ ਛੋਟੀ ਹੈ, ਭਾਵ ਸੁਖੀ ਹੋ ਕਰ ਮਰਦੇ ਹੈ, ਇੱਕ ਜਹੀਰ ਇੱਕ ਦੁਖੀ ਹੋ ਕਰ ਮਰਦੇ ਹੈ। ਅਸਲ ਜਹੀਰ ਪਦ ਅਰਬੀ ਹੈ, ਇੱਕ ਦੇਖਾਹੇ ਨਿਖੁੱਟੈ ਨਾਹੀ ਇੱਕ ਸਦਾ ਫਿਰ ਹੈ ਫਕੀਰ। ਹੁਕਮੀ ਸਾਜੇ ਹੁਕਮੀ ਢਾਹੇ ਏਕ ਚਸੇ ਮਹਿਲਖ, ਇੱਕ ਦੇਤੇ ਹੈ ਔਰ ਆਪ ਖਾਂਦੇ ਹੈ, ਤਿੰਨ ਕੀ ਮਾਇਆ ਘਟਦੀ ਨਹੀਂ ਹੈ, ਔਰ ਇੱਕ ਸਦੀਵ ਫਕੀਰ ਹੋ ਕਰ ਮੰਗਦੇ ਹੈ। ਵਾਹਿਗੁਰੂ ਆਪਣੇ ਹੁਕਮ ਸੇ ਛਿੰਨ ਮਾਤਰ ਮੈਂ ਲੱਖੋਂ ਜੀਵ ਉਤਪਤ ਕਰਦਾ ਹੈ, ਔਰ ਹੁਕਮ ਸੇ ਹੀ ਲੈ ਕਰ ਦੇਤਾ ਹੈ। ਸਭ ਕੋ ਨੱਥੈ ਨੱਥਿਆ ਬਖਸ਼ੇ ਤੋੜੇ ਨੱਥ, ਵਦਨਾ ਚਿਹਨਾ ਬਹਰਾਂ
ਲਿਖੇ ਬਾਜ ਅਲਖ ਮਾਇਆ ਨਥ ਕਰ ਸਭ ਕੋ ਨਥਾ ਹੁਆ ਹੈ ਜਿਸ ਕੋ ਬਖਸ਼ਦਾ ਹੈ ਤਿਸ ਕੀ ਨਥ ਤੋੜ ਦਿੰਦਾ ਹੈ ਵਰਨਾ ਚਿਹਨਾ ਅਰਥਾਤ ਰੰਗੋ ਔਰ ਨਿਸ਼ਾਨੋ ਤੇ ਰਹਿਤ ਹੈ ਔਰ ਵਹ ਅਲਖ ਰੂਪ ਲੇਖੇ ਸੇ ਬਾਜ ਹੈ ਭਾਵ ਸੇ ਬੇਅੰਤ ਹੈ ਕਿਉਂ ਕਥੀਐ ਕਿਉਂ ਆਖੀਐ ਜਾਪੈ ਸਚੋ ਸੱਚ ਕਰਨਾ ਕਥਨਾ ਕਾਰ ਸਭ ਨਾਨਕ ਆਪ ਅਕਥ ਕਰਤਾ ਪਰਮੇਸ਼ਰ ਆਪ ਅਕਥ ਹੈ ਭਾਵ ਬਾਣੀ ਕਾ ਵਿਖਾ ਨਹੀਂ ਬੇਅੰਤ ਹੈ ਕਿਸ ਪ੍ਰਕਾਰ ਤਿਸ ਕੇ ਸਵਰੂਪ ਕੋ ਕਥਨ ਕਰ ਕਹੇ ਔਰ ਵਹ ਸੱਚਾ ਸੱਚ ਨਿਸ਼ਚੇ ਕਰ ਸਭ ਸਥਾਨੋ ਮੈਂ ਜਾਣੀਦਾ ਹੈ ਸ੍ਰੀ ਗੁਰੂ ਜੀ ਕਹਤੇ ਹੈ ਜੋ ਕਥਨ ਕਰਨਾ ਹੈ ਇਹ ਸਭ ਕਾਰ ਹੈ ਕਿ ਨਾ ਮੈਂ ਕਿਛ ਬਣਾ ਹੂੰ ਔਰ ਨਾ ਜੁਨੀ ਮੈਂ ਪੜ੍ਹਦਾ ਹਾਂ ਵਾ ਪੜੋਂਗਾ ਭਾਵ ਜੋ ਨਿਰਹੰਕਾਰ ਹੋਤਾ ਹੈ ਸੋਈ ਜਨਮੋ ਤੇ ਛੂਟਦਾ ਹੈ ਅਕਥ ਕੀ ਕਥਾ ਸੁਣੇ ਰਿੱਧ ਬੁੱਧ ਸਿੱਧ ਗਿਆਨ ਸਦਾ ਸੁਖ ਹੋਏ ਤਾਂ ਤੇ ਅਕਥ ਕਥ ਦਾ ਭਾਵ ਪਰਮੇਸ਼ਰ ਕੀ ਕਥਾ ਸ੍ਰਵਣ ਕਰੇ ਰਿੱਧ ਬੁੱਧ ਸਿੱਧ ਗਿਆਨ ਭਾਵ ਰਿੱਧੀਆਂ ਸਿੱਧੀਆਂ ਬੁੱਧੀ ਅਰ ਗਿਆਨ ਅਰ ਸਦਾ ਕਾ ਸੁਖ ਪ੍ਰਾਪਤ ਹੋਤਾ ਹੈ ਮਹੱਲਾ ਪਹਿਲਾ ਅਜਰ ਜਰੈ ਤਨੋ ਕੁਲ ਬੰਦ ਪੂਜੈ ਪ੍ਰਾਣ ਹੋਵੈ ਥਿਰ ਕੰਦ ਨੌ ਜੋ ਗੋਲਕ ਰੂਪ ਕੁਲ ਕੁਲਾਥੇ ਭਾਵ ਪ੍ਰਣਾਲੇ ਹੈ ਜੋ ਇਨਕੋ ਬੰਦ ਪਾਵੈ ਅਰਥਾਤ ਇਸ ਪ੍ਰਣਾਲਿਆਂ ਨੂੰ ਬੰਨ ਲਾ ਦੇਵੇ ਰੋਕ ਦੇਵੇ ਤੋ ਕਾਮ ਆਦਿ ਕੋ ਅਜਰੋਂ ਕੋ ਜਰ ਲੇਤਾ ਹੈ ਅਰਥਾਤ ਸਹਾਰ ਲੇਤਾ ਹੈ ਜੋ ਪਰਮੇਸ਼ਰ ਕਾ ਪੂਜਨ ਕਰੇ ਤੋ ਜੋਗ ਮਾਰਗ ਕਰ ਸਰੀਰ ਮੈਂ ਪ੍ਰਾਣ ਸਥਿਰ ਹੋਤੇ ਹੈ ਵਾਹ ਪ੍ਰਾਣ ਪਰਮੇਸ਼ਰ ਮੈਂ ਲਗਾਏ ਕਰ ਪੂਜੇ ਤੋ ਸਰੀਰ ਕੀ ਤਰਫੋਂ ਥਿਰ ਹੋਤਾ ਹੈ ਭਾਵ ਜਨਮ ਮਰਨ ਰਹਿਤ ਹੋਤਾ ਹੈ ਵਾਹ ਜਬ ਤੱਕ ਸਰੀਰ ਮੈਂ ਪ੍ਰਾਣ ਥਿਰ ਹੋਵੇ ਤਬ ਤੱਕ
परमेश्वर का पूजन करे। कहां ते आया कहां एहो जानम, जीवत मरत रहे परवान। एह जीव कहां से आया है और कहां एहो जान, जान दा भाव जाना। ये जीव कहां से आया और कहां इसने जाना है, भाव जो तत् मिथ्या का विचार करता है। पुनः जो इस विचार कर जीवत जीवत भाव से मृत हो रहता है, सो परवान होता है। हुक्म बूझे तत् पछाणे, इहो प्रसाद गुरु ते जाने। परमेश्वर के हुक्म को बूझ कर तत् स्वरूप को पछाण लेता है। यह हुक्म का बूझना गुरों की कृपा से जानीदा है। होंदा फड़ी अग नानक जान, ना हो ना मैं जूनी पान। श्री गुरु जी कहते हैं जो होंदा फड़ी अग, होंदा दा भाव जो कुछ बनेगा तो प्रसन्न हंकार कर फड़ा जावेगा, और जो हंकार रहत होवेगा सो जूनियों में नहीं पड़ेगा। पौड़ी पड़ी है नाम सलाह, होर बुद्धि मिथ्या, बिन सच्चे वापार जन्म बिरथिया। परमेश्वर का नाम पढ़िए अर्थात औस्तति करिए, और चतराइयां सब झूठियां हैं, और सच्चे नाम के व्यापार बिना जीव का जन्म व्यर्थ है। अंत न पारा वार न किन ही पाया, सब जग घर बगुबार तिन सच ना पाया। परमेश्वर के पार उदार का किसी ना पाव पुरुष ने अंत नहीं पाया है। सब जग को गर्भ कर गुबार, गुबार दा भाव अंधेर हो रहा है, और तिन को सच नहीं पाया है। चले नाम विसार तामन तत्या, बल दी अंदर तेल दुबदा कत्या। जो मनमुख नाम को विसार कर चले हैं,
ਵੋਹ ਤਪਾਉਣੇ ਵਾਲੇ ਭਾਂਡਿਓ ਮੈਂ ਤੱਤੇ ਕਰੀਦੇ ਹੈ। ਹਿਰਦੈ ਮੈਂ ਤ੍ਰਿਸ਼ਨਾ ਅਗਨੀ ਜਲਤੀ ਪਰ ਦਵੈਤ ਭਾਵ ਰੂਪ ਤੇਲ ਪਾਇਆ ਹੈ। ਤਿਸਤੇ ਅਧਿਕ ਜਲਤੇ ਹੈ ਆਇਆ ਉੱਠੀ ਖੇਲ ਫਿਰ ਅਵਤਿਆ ਨਾਨਕ ਸੱਚੈ ਮੇਲ ਸੱਚੈ ਰਤਿਆ। ਸੰਸਾਰ ਮੈਂ ਜੀਉ ਆਇਆ ਹੈ ਉਵਤਿਆ ਉਵਤਿਆ ਦਾ ਭਾਵ ਗੁਰੂ ਸ਼ਸਤਰ ਤੇ ਵਿਪਰਜੇ ਹੁਆ ਫਿਰਦਾ ਹੈ। ਉੱਠੀ ਖੇਲ ਦਾ ਭਾਵ ਹੈ ਚਾਰ ਦਿਨ ਖੇਲ ਕਰ ਅੰਧਕੋ ਉੱਠ ਚੱਲਦਾ ਹੈ। ਸ੍ਰੀ ਗੁਰੂ ਜੀ ਕਹਤੇ ਹੈ ਜੋ ਪੁਰਸ ਸੱਚੇ ਨਾਮ ਮੈਂ ਰਤੇ ਹੈ ਸੋ ਤਿੰਨ ਕਾ ਸੱਚੇ ਸਾਥ ਮੇਲ ਹੁਆ ਹੈ। ਇੱਕ ਨਾਨੂ ਨਾਮ ਕਾ ਬ੍ਰਹਮਨ ਪਵਿਖਤ ਪੁਰਾਣ ਮੈਂ ਨਾਨਕ ਰੂਪ ਅਵਤਾਰ ਸੁਣ ਕੇ ਆਪਣੇ ਆਪ ਕੋ ਨਾਨਕ ਅਵਤਾਰ ਮਾਨਤਾ ਥਾ। ਸ੍ਰੀ ਗੁਰੂ ਜੀ ਸੂਰਿਆ ਗ੍ਰਹਿਣ ਪਰ ਕੁਰਖੇਤਰ ਮੈਂ ਗਏ ਔਰ ਬਹੁ ਵੀ ਬਹੁਤ ਸੇ ਪੰਡਤੋਂ ਕੇ ਸਾਥ ਆਇਆ। ਤਬ ਸ੍ਰੀ ਗੁਰੂ ਜੀ ਨੇ ਗ੍ਰਹਿਣ ਸਮੇਂ ਤਿੰਨ ਕੇ ਦੇਖਤੇ ਮਿਰਗ ਕਾ ਮਾਸ ਰਿਜਣਾ ਰਖਾਈ ਦੀਆ। ਉਹ ਬ੍ਰਾਹਮਣ ਬਹੁਤ ਬੁਰਾ ਮਾਨ ਕਰ ਸ੍ਰੀ ਗੁਰੂ ਜੀ ਸੇ ਚਰਚਾ ਕਰਨੇ ਲੱਗੇ। ਤਿੰਨ ਪ੍ਰਤੀ ਮਾਸ ਰੂਪ ਪ੍ਰਚੰਡ ਚਕੋ ਸਿੱਧ ਕਰਦੇ ਹੋਏ ਅੰਤਕੋ ਉਸੀ ਮਾਸ ਕੀ ਸਭ ਕੋ ਤਸਮੈ ਦਿਖਾਈ ਦਈ। ਸੋ ਆਗੇ ਕਹਤੇ ਹੈ ਸਲੋਕ ਮਹੱਲਾ ਪਹਿਲਾ ਪਹਿਲਾ ਮਾਸੋ ਨਿਮਿਆ ਮਾਸ ਅੰਦਰ ਮਾਸ ਜੀ ਉਪਾਏ ਮਾਸ ਮੁਹਿ ਮਿਲਿਆ ਹੱਡ ਚਮ ਤਨ ਮਾਸ। ਇਹ ਜੀਵ ਪਹਿਲੇ ਮਾਸ ਸੇ ਅਰਥਾਤ ਪਿਤਾ ਕੇ ਬੀਜ ਸੇ ਮਾਤਾ ਕੇ ਗਰਭ ਮੈਂ ਨਿਮਿਆ ਨਿਮਿਆ ਦਾ ਭਾਵ ਪ੍ਰਾਪਤ ਹੁਆ। ਪੁਨਃ ਮਾਤਾ ਕੇ ਉਦਰ ਰੂਪ ਮਾਸ ਕੇ ਅੰਦਰ ਵਾਸ ਹੁਆ। ਜਬ ਉਦਰ ਮੈਂ ਬੁੱਤ ਕੇ ਬੀਜ ਜੀਉ ਪੜਾ ਭਾਵ ਤਬ ਵੀ ਮੁਖ ਮੈਂ ਮਾਸ ਕਾ ਪੜਦਾ ਮਿਲਾ ਔਰ ਹੱਡ ਭਾਵ ਹੱਡ ਚਮ ਸਭ ਸਰੀਰ ਮਾਸ ਹੀ ਹੈ। ਮਾਸੋ ਬਾਹਰ ਕੱਢਿਆ ਮੰਮਾ ਮਾਸ ਗਿਰਾਸ ਮੋਹ ਮਾਸਾ ਕਾ ਜੀਵ ਮਾਸ ਕੀ ਮਾਸ ਅੰਦਰ ਸਾਸ।
फिर मांस के पर्दे गर्भ से बाहर निकला, पुनः मांस का ही मम्मा रूप ग्रास मिला। मुंह भी मांस का ही है और जिह्वा भी मांस की है, और मांस के अंदर ही श्वास रहते हैं। बड़ा हुआ भी आहे आम कर ले आया मास, मास हो ही मास उपजे, मास हो सब साक। पुनः जब बड़ा हुआ और ब्याह हो गया तो फिर मास रूप स्त्री घर में ले आया, मास ही से मास रूप लड़की लड़का उत्पत्त होता है, और मास करके सब साक रिश्ता पाव नाता है। सतगुर मिले हुक्म बुझिए ता को आवे रास। सतगुरों को मिलिया होया परमेश्वर के हुक्म को बुझीदा है, और जो बुझदा है तिसको सब करतूत रास सूत आपदी है। वाह ता कोई रास भाव सच में आपदा है। आप छुटे नह छुटी है नानक बचन बिनास। जो आप कहे हम छूटे हैं सो इस तरह नहीं छूटता है। श्री गुरु जी कहते हैं तिन के कहे हुए बचन का विनाश होता है। महला पहला मास मास कर मूरख झगड़े, ज्ञान ध्यान नहीं जाने। मास मास करके मूर्ख झगड़ता है, ज्ञान प्राप्त नहीं, अन ध्यान करना जानदा नहीं है। कौन मास कौन साग कहावे, किस मह पाप समाने। कौन मास है और कौन साग कहावता है, और पाप किस में समावे है। वह दूजा भाव जो अपने वर्ण आश्रम के अनुसार योग है सो साग है, और जो अयोग है सो मास है, उसमें पाप मिले हुए हैं। गैंडा मार होम जग किए, देवतियां की बाणे। गैंडा मार के होम जग किए है, देवतियां की बाणे पाव देवतियों के मंत्र पढ़ते हैं। मास छोड़ बैस नक पकड़ है, राती मानस खाने।
मांस को छोड़ के बैठ करके तर्पण करते हुए गायत्री पाठ समय नाक को पकड़ते हैं और रात्र को मानुखों को खावते हैं अर्थात विषयों को भोगते हैं। फड़ कर लोकानो दिखलावे ज्ञान ध्यान नहीं सूजे। फड़ पाप दंभ कर व नाक पकड़ कर लोगों को दयाकर लोगों को दिखलावते हैं ज्ञान ध्यान का सूजता नहीं है। नानक अंधे स्यों क्या कही है कह न कहे आ बूझे। श्री गुरु जी कहते हैं बुद्धि के अंधे को क्या कहिए, जे कहे तो क्या हुआ बूझते नहीं है। जे कहे अंधा किसको कहते हैं। अंधा सोए जे अंध कमावे तिस हृदय से लोचन नाही। मात पिता की रक्त निपन्ने मच्छी मांस न खाही। स्त्री पुरखा जान समेला ओथे मंद कमाही। मासो जम्मे मासो निम्मे मासो निम्मे मासो जम्मे हम मास के पांडे। ज्ञान ध्यान कस सूजे नाही चतर कहावे पांडे। बाहर का मास मंदा स्वामी कर का मास चंगेरा। जी जानत सब मासो होए जी ऐ लया वसेरा। अपख पख हे पख तज छोड़ हे अंध गुरु जिन केरा। मासो निम्मे मासो जम्मे हम मास के पांडे। ज्ञान ध्यान कस सूजे नाही चतर कहावे पांडे। मास प्राणी मास कते भी चौ जुग मास कमाना। जज काज विहाहे सुहावे उथे मास समाना। स्त्री पुरख निपजहि मासो पात साहो सुलताना। जे ओए दिसहे नरक जांदे ता उनका दान न लेना। देंदा नरक सुर्ग लेंदे देखो एहो ध्याना। आप न बूझे लोक बजाए पांडे खरा सियाना। पांडे तू जान ही नाही कितों मास उपन्ना। तोय अहि अन्न कमाद कमाहा तोय अहो त्रे पवन गन्ना। तोआ आखा हो बिद हच्छा तो बहुत बेचारा।
ਏ ਤੇ ਰਸ ਛੋਡ ਹੋਵੈ ਸੰਨਿਆਸੀ ਨਾਨਕ ਕਹੈ ਵਿਚਾਰਾ। ਹੇ ਅਚੁਤ ਹੇ ਪਾਰ ਬ੍ਰਹਮ ਅਬਨਾਸੀ ਅਗਨਾਸ, ਹੇ ਪੂਰਨ ਹੇ ਸਰਵਮੈ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਠੀਕ, ਹੇ ਗੋਬਿੰਦ ਹੇ ਗੁਣ ਨਿਧਾਰ, ਜਾਂ ਕੈ ਸਦਾ ਬਬੇਕ, ਹੇ ਅਪਰੰਪਰ ਹਰ ਹਰੇ, ਹਹਿ ਪੀਹੋ ਅਨਹਾਰ, ਹੇ ਸੰਤ ਹੈ ਕੀ ਸਦਾ ਸੰਗ, ਨਿਧਾਰਾ ਆਧਾਰ, ਹੇ ਠਾਕੁਰ ਹੋਂ ਦਾਸ ਰੋ, ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀ ਜੈ ਨਾਮ ਦਾਨ, ਰਾਖੋ ਹੀ ਪਰੋ ਪ੍ਰਭ ਸਰਨਾਗਤੀ, ਕਿਰਪਾ ਨਿਧ ਦਇਆ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਰ, ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਣਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ, ਜੇ ਸੋ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ, ਆਗਿਆ ਭਈ ਅਕਾਲ ਕੀ ਤਭੀ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ
ਪ੍ਰਗਟ ਗੁਰਾਂ ਕੀ ਦੇ ਜਾਂ ਕਾ ਹਿਰਦਾ ਸੁਧ ਹੈ ਖੋਜ ਸ਼ਬਦ ਮੈਂ ਲੇ ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੋ ਉਤਰੇ ਪਾਰ ਜੋ ਸਰਦਾ ਕਰ ਸੇਵੰਦੇ ਗੁਰਬਾਰੀ ਉਤਾਰ ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੋ ਉਤਰੇ ਪਾਰ ਜੋ ਸਰਦਾ ਕਰ ਸੇਵੰਦੇ ਗੁਰ ਪਾਰ ਉਤਾਰ ਕਰ
ਸਤਿਨਾਮ ਸਤਿਨਾਮ ਸ੍ਰੀ ਵਾਹਿਗੁਰੂ 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 ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਤੇ ਸਚ ਡੰਡੌਤ ਬੰਦਨ ਅਨੇਕ ਬਾਰ ਸਰਬ ਕਲਾ ਸਮਰਥ ਡੰਡੌਤ ਬੰਦਨ ਅਨੇਕ ਬਾਰ ਸਰਬ ਕਲਾ ਸਮਰਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਭਿਖਾਰੀ ਜੀਓ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਭਿਖਾਰੀ ਜੀਓ ਮੈਂ ਕਿਆ ਮੰਗੂ ਕਿਛ ਤਿਰ ਨਾ ਰਹਾਈ ਮੈਂ ਕਿਆ ਮੰਗੂ ਕਿਛ ਤਿਰ ਨਾ ਰਹਾਈ ਹਰ ਦੀ ਜੈ ਨਾਮ ਪਿਆਰੀ ਜੀਓ ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਉਹ ਦਿਆਲ ਨਾਮ ਦੇਹੋ ਮੰਗਤ ਜਨ ਕੋ ਉਹ ਦਿਆਲ ਨਾਮ ਦੇਹੋ ਮੰਗਤ ਜਨ ਕੋ
ਸਦਾ ਰਹੋ ਰੰਗ ਰਾਤਾ ਆਨੰਦ ਗੁਣ ਨਿਧਾਨ ਗੁਰੂ ਗਰੀਬ ਨਵਾਜ ਗਰੀਬ ਨਵਾਜ ਗਰੀਬ ਨਵਾਜ ਵਾਹਿਗੁਰੂ ਜੀ ਵਾਹਿਗੁਰੂ ਜੀ ਵਿਸਰੇ ਨਾਹੀਂ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋਗੇ ਬਿਨ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਦੇਹੀ ਨਾਮ ਸੰਤੋਖੀਆ ਦੇਹ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ ਆਨੰਦ ਗੁਣ ਨਿਧਾਨ ਗੁਰੂ ਗਰੀਬ ਨਿਵਾਸ ਗਰੀਬ ਨਿਵਾਸ ਗਰੀਬ ਨਿਵਾਸ ਸਭਨਾ ਕਾ ਤੂੰ ਦਾਤਾ ਜੀਨਾ ਸਭਨਾ ਕਾ ਤੂੰ ਦਾਤਾ ਜੀਨਾ ਸਭਨਾ ਕਾ ਬਸ ਹੋ ਮੇਰੇ ਮਨ ਮਾਈ ਬਸ ਹੋ ਮੇਰੇ ਮਨ ਮਾਈ ਤੂੰ ਦਾਤਾ ਚਰਨ ਕਮਲ ਹਿਰਦ ਮਾਹਿ ਸਮਾਏ ਚਰਨ ਕਮਲ ਹਿਰਦ ਮਾਹਿ ਸਮਾਏ ਚਰਨ ਕਮਲ ਹਿਰਦ ਮਾਹਿ ਸਮਾਏ
ਤਹ ਭਰਮ ਅੰਧੇਰਾ ਨਾਹੀ। ਤਹ ਭਰਮ ਅੰਧੇਰਾ ਨਾਹੀ, ਤੂੰ ਦਾਤਾ ਜੀਆ ਸਭਨਾ ਦਾ, ਠਾਕੁਰ ਜਾ ਸਿਮਰਾ ਤੂੰ ਤਾਹੀ, ਠਾਕੁਰ ਜਾ ਸਿਮਰਾ ਤੂੰ ਤਾਹੀ, ਕਰ ਕਿਰਪਾ ਸਰਬ ਪ੍ਰਿਤਪਾਲਕ, ਕਰ ਕਿਰਪਾ ਸਰਬ ਪ੍ਰਿਤਪਾਲਕ, ਕਰ ਕਿਰਪਾ ਸਰਬ ਪ੍ਰਿਤਪਾਲਕ, ਪ੍ਰਭ ਕਉ ਸਦਾ ਸਲਾਹੀ। ਪ੍ਰਭ ਕਉ ਸਦਾ